ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8420701917। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ HF ਤਾਜ਼ੀ ਬੈੜ ਸੂਈ ਵੀ ਚੰਗੇ ਦੁੱਧਰਕਾਰ ਵਾਲੀ ਅਤੇ ਇੱਕ ਗੱਬਣ ਟਾਈਮ ਬਾਕੀ ਆ ਸੂਣ ਦੇ ਵਿੱਚ ਡਿਟੇਲ ਵੀਰ ਤੋਂ ਪੁੱਛਦੇ ਹਾਂ, ਆਓ ਅੱਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਭਾਈ ਲਵਪ੍ਰੀਤ ਸਿੰਘ ਮੇਰਾ ਨਾਮ, ਪਿੰਡ ਪੜਾਲ ਦੋਨਾ, ਜ਼ਿਲ੍ਹਾ ਕਪੂਰਥਲਾ ਪਾਉਣੀ। ਅਤੇ ਮੋਬਾਈਲ ਨੰਬਰ ਵੀਰ ਆਪਣਾ 77103-78870। ਅਤੇ ਪਰਸੋਂ ਆਪਾਂ ਵੀਡੀਓ ਕਵਰ ਕਰੀ, ਬੱਛੀ ਦੀ ਗੱਬਣ ਦੀ ਸੇਲ ਹੋ ਗਈ ਸੀ ਉਹ। ਹਾਂਜੀ ਹਾਂਜੀ ਸੇਲ ਹੋ ਗਈ। ਅੱਜ ਆਪਾਂ ਲੈਂਦੇ ਦੋ ਨਾਗ, ਹੈ ਨਾ? ਹਾਂਜੀ। ਇੱਕ ਗੱਬਣ ਅਤੇ ਇੱਕ ਤਾਜ਼ੀ ਸੂਈ ਆ। ਜਿਹੜੇ ਆਪਾਂ ਪਹਿਲੇ ਨੰਬਰ ਤਾਜ਼ੀ ਸੂਈ ਬੱਛੀ ਦੇਖਦੇ ਪਏ ਹਾਂ, ਕਿਹੜਾ ਸੂਆ ਵੀਰ ਸੂਈ ਆ ਇਹ? ਬਾਈ ਦੂਜਾ ਸੂਆ ਵਾ, ਕਹਿਣ ਨੂੰ ਆਪਾਂ ਪਹਿਲਾਂ ਵੀ ਕਹਿ ਸਕਦੇ ਹਾਂ, ਚੌਗੀ ਆ। ਠੀਕ ਹੈ, ਮੂੰਹ ਬਿਲਕੁਲ ਚੌਗੀ ਚੌਗੀ ਆ। ਦੂਜਾ ਸੂਆ ਵਾ ਸਟੋਕੀ ਦੀ ਆ। ਠੀਕ ਹੈ, PDF ਇਹਦੇ ਦੀ। ਠੀਕ ਹੈ, ਤੇ ਇਹਦਾ 42-43 ਕਿਲੋ ਦਾ ਰਿਕਾਰਡ ਆ ਪਿਛਲੇ ਸੂਏ ਦਾ, ਪਹਿਲੇ ਸੂਏ ਦਾ ਦੁੱਧ ਦਿੱਤਾ ਇਹਨੇ। ਹਾਂਜੀ, ਇਸ ਟਾਈਮ ਹੈ ਨਾ 50 ਦੇ ਨੇੜੇ ਤੇੜੇ ਦੁੱਧ ਦਊਗੀ ਉਹ ਚ। ਬੱਚਾ ਦੇ ਤਾਂ ਮਿਲਕ ਆਫ ਇਹਨੇ, ਮਿਲਕ ਆਫ ਦਿੱਤਾ, ਸਵੇਰੇ ਸੂਈ ਆ ਇਹ। ਠੀਕ ਹੈ, ਜੇਰ ਵਗੈਰਾ ਡਾਨਾ, ਹੈ ਨਾ? ਹਾਂਜੀ, ਵੀਡੀਓ ਆਪਣੇ ਕੋ ਜੇਰ, ਬੱਚਾ ਦੇ ਤਾਂ ਮਿਲਕ ਆਫ ਦੇਖੋ ਜਮਾ, ਨਾਲ ਨਾੜੂ ਵਗੈਰਾ ਨਾਲ ਆ, ਤੇ ਜੇਰ ਜੂਰ ਪ੍ਰੋਪਰ ਡਾਨਾ, ਹੈ ਨਾ ਜਮਾ? ਹਾਂਜੀ ਹਾਂਜੀ ਵੀਡੀਓ। ਤੇ ਚਵਾਈ ਕਿੰਨਾ ਕੁ ਬੋਲਾ ਚੋਇਆ ਸੀ ਵੀਰੇ ਆਪਾਂ ਦਾ? ਬਾਈ 13-14 ਕਿਲੋ ਕੱਢਿਆ ਜੀ ਉਹ, ਤੇ ਹਜੇ ਵੀ ਕਰਮਾਲੀ ਕਹਿੰਦੀ ਹੋਰ ਕੱਢ ਲਾ। 30 ਕਿਲੋ ਤੋਂ ਸਟਾਰਟਿੰਗ ਆ ਬੱਚੀ ਦੀ, ਤੇ ਮੰਨ ਕੇ ਚੱਲੇ ਵੀ 50 ਨੂੰ ਟੱਚ ਕਰ ਜਾ ਰਹੇ ਨੇ ਆਰਾਮ ਨਾਲ। ਮੈਂ ਕਿਹਾ ਕਰੂਗੀ ਚਵਾਈ ਚ ਵੀ ਓਕੇ ਜਮਾ ਬਾਈ, ਇਹਨੂੰ ਟੌਪ ਦੀਆਂ ਧਾਰਾਂ ਵਾ ਇਹਦੀਆਂ, ਕੋਈ ਖਿਲਰਮੀ ਧਾਰ ਨਹੀਂ ਗੀ। ਠੀਕ ਹੈ, ਪੋਲੀ ਚਵਾਈ ਆ ਇਹਦੀ, ਬਹੁਤ ਚੰਗੀ ਵੈੜ ਆ। ਆਣ ਕੇ ਦੇਖੋ ਇਹਦਾ ਮੂੰਹ ਮੱਥਾ ਤੋਰੇ ਬਾਹਰ ਨੇ ਉਹਨੂੰ। ਸੋ ਲੇਵਾ ਵਗੈਰਾ ਦੇਖੋ, ਬਿਲਕੁਲ ਕੰਪੈਕਟ ਰਡਰ, ਅੱਗੇ ਪਿੱਛੇ ਦਾ ਹਵਾਨਾ ਪੂਰਾ ਸੋਹਣਾ, ਮਿਲਕ ਵੇਨ ਚੰਗੀ ਮੋਟੀ ਦਿਖਾਈ ਦਿੰਦੀ ਵੀ ਐਸ, ਉਹ ਦੇਖ ਸਕਦੇ ਹੋ। ਅਤੇ ਬਾਕੀ ਥਾਂ ਦੇਖ ਦਿਓ, ਚਾਰੇ ਨਿਖਣਵੇਂ, ਅਤੇ ਮੂੰਹ ਚਾਰ ਦਾ ਹੁੰਦਾ ਬਿਲਕੁਲ, ਅਤੇ ਬਲੱਡ ਦੇ ਵਿੱਚ ਬੈੜਾ, ਦੂਸਰਾ ਸੂਆ ਬਿਲਕੁਲ ਜੈਨੂਨ ਸੂਈ ਆ। ਸੋ ਲੇਵਾ ਦੇਖੋ, ਬੈੜ ਦਾ ਲੇਵਾ ਇੱਦਾਂ ਦਾ ਜਮਾਂ ਬਿਊਟੀ ਕੰਪੀਟੀਸ਼ਨ ਦੇ ਵਿੱਚ ਖੜ੍ਹਨ ਵਾਲਾ ਲੇਵਾ ਇਹਦਾ। ਸੋ ਦੇਖੋ ਸਟਰਕਚਰ ਵਗੈਰਾ, ਅਤੇ ਬਾਕੀ ਥਣਾਂ 'ਚ ਵਿੱਥੀ ਦੇਖੋ, ਚਾਰੇ ਥਾਂ ਨਿਖਣਵੇਂ ਸਾਫ਼ ਸੁਥਰੇ, ਅਤੇ ਚੁਆਈ ਵਗੈਰਾ ਬਿਲਕੁਲ ਇੱਕ ਨੰਬਰ ਨਰਮ ਆ ਜਮਾਂ ਜੀ, ਬਹੁਤ ਚੰਗੀ ਚੁਆਈ ਆ ਭਾਅ ਜੀ। ਠੀਕ ਹੈ, ਤੇ ਮੰਨ ਕੇ ਚੱਲੇ ਇਸ ਵਕਤ ਆਪਾਂ ਐਸਟੀਮੇਟ ਜਿਹਾ ਲਾਈਏ ਵੀ 28-30 ਸਟਾਰਟਿੰਗ ਹੈਗੀ ਹੈ ਜੀ, ਸਟਾਰਟਿੰਗ ਤੋਂ ਆ, ਇੰਨੇ ਤੋਂ ਸਟਾਰਟਿੰਗ ਆ। ਠੀਕ ਹੈ, ਸੋ 13-14 ਲੀਟਰ ਦੁੱਧ ਵੀਰ ਨੇ ਸਵੇਰੇ ਚਵਾਈ ਇਹਦੀ ਕਰਤੀ, ਅਤੇ ਪੂਰੀ ਬਰੀਡ ਦੇ ਵਿੱਚ ਬੱਛੀ ਆ। ਦੂਸਰਾ ਸੂਆ ਜੈਨੂਅਨ, ਮੂੰਹ ਝਾਰ ਦਾਂਦਾ, ਅਤੇ ਪਹਿਲੇ ਸੂਏ ਜਮਾਂ ਖੀਰੀ ਸੂਈ ਹੋਣੇ, ਦੁੱਧਾਂ ਦਾ ਬੱਚਾ ਹੀ ਸੂਇਆ ਹੋ ਜਾਵਾਂ ਇਹ। ਹਾਂਜੀ ਹਾਂਜੀ, ਬੱਚਾ ਦੇ ਤਾਂ ਕਰਮਾ ਜਿਹੜੇ ਮੇਲ ਕਾਫ, ਅਤੇ ਜੇਰ ਵਗੈਰਾ ਡਾਨਾ, ਹੈ ਨਾ? ਹਾਂਜੀ ਹਾਂਜੀ, ਵੀਡੀਓ ਆਪਣੇ ਕੋ ਭਾਜੀ। ਠੀਕ, ਅਤੇ ਵੀਰੇ ਰੇਂਜ ਇਹਦੀ ਕੀ ਹੋਊਗੀ? ਭਾਜੀ ਫੋਨ 'ਤੇ ਕਰਾਂਗੇ, ਕਿਉਂਕਿ ਵਪਾਰੀ ਲੈ ਕੇ ਜਾਂਦੇ ਆ, ਅਤੇ ਮੇਰੇ ਵੀਰਾਂ ਕਾੜੀ ਇੱਕ ਬੇਨਤੀ ਆ, ਵੱਡੇ ਮੁੱਲ ਦੀ ਵੈੜ ਆ। ਠੀਕ ਹੈ, ਚਵਾਈ ਕਰਕੇ ਤਸੱਲੀ ਨਾਲ ਦਊਂਗਾ, ਅਤੇ ਮੇਰਾ ਵੀਰ ਛੋਟੇ ਰੇਟ ਵਾਲਾ ਜਿਹਨੂੰ ਤੇ ਇਹਦੀ ਸਮਝ ਆ ਵੀ ਇਹ ਇੰਨੇ ਕੁ ਰੇਟ ਦੀ ਹੈਗੀ ਆ, ਵੀ ਇੰਨੀ ਕੁ ਬਰੀਡ ਵਾ, ਜਿਹਨੂੰ ਤੇ ਇਹਦੀ ਨੌਲੇਜ ਹੈਗੀ ਉਹ ਹੀ ਫੋਨ ਕਰੇ ਮੇਰਾ ਭਰਾ, ਕਿਉਂਕਿ ਆਪਾਂ ਵੀ ਮਹਿੰਗੀ ਉਹ ਲਈ ਹੋਈ ਆ ਬਾਈ। ਜੈ ਜੈ ਗੱਲ ਜਮਾ, ਹਨਾ, ਕੀਮਤ ਲਾਉਣੀ ਪੈਂਦੀ ਫੇਰ ਹੀ ਪਸੂ ਮਿਲਦਾ। ਹਾਂ, ਕਿਉਂਕਿ ਆਪਾਂ ਵੀ ਪੈਸੇ ਲਾ ਕੇ ਆਏ, ਅਗਲਿਆਂ ਨੂੰ ਕੈਸ਼ ਦੇ ਕੇ ਲਿਆਈਦਾ, ਆਪਾਂ ਨਾ ਆਧਾਰ ਕਿਸੇ ਤੋਂ ਲਿਆਉਂਦੇ ਨਾ ਦਿੰਦੇ ਆ। ਠੀਕ ਹੈ, ਇਸ ਕਰਕੇ ਚੰਗੇ ਰੇਟ ਦੀ ਆ, ਤੇ ਮੇਰਾ ਵੀਰ ਐਵੇਂ ਸਵਾਦ ਲੈਣ ਵਾਲੇ ਬਹੁਤ ਫੋਨ ਕਰਦੇ ਆ ਕਈ, ਉਹ ਦੂਜਿਆਂ ਦਾ ਵੀ ਫੋਨ ਮੁੜ ਕੇ, ਜਿਹੜੇ ਲੈਣ ਵਾਲੇ ਹੁੰਦੇ ਉਹਨਾਂ ਦੇ ਵੀ ਵਿਚਾਰੇ ਦਾ ਫੋਨ ਬੀਜੀ ਆਈ ਜਾਂਦਾ ਰਹਿੰਦਾ, ਤੇ ਮੇਰਾ ਵੀਰ ਉਹ ਫੋਨ ਕਰੇ ਜਿੰਨੇ, ਹਨਾ, ਜਿਹਨੂੰ ਸਮਝ ਆਏ ਬੈੜ ਦੀ। ਠੀਕ ਹੈ, ਮੰਨ ਕੇ ਚਲੋ ਥਾਣਾ ਵਾਲੇ ਪਾਸੋਂ ਜੇਰ ਵਾਲੇ ਪਾਸੋਂ ਬੇਫਿਕਰ ਹੋ ਜਾਂਦਾ। ਹਾਂ, ਜੇਰ ਤਾਂ ਭਾਜੀ ਇਹਨੇ ਪੁੱਛਣੀ ਸੀ ਥੱਲੇ ਲਾਉਣੀ, ਜੇ ਜੇਰ ਨਾ ਪਈ ਹੁੰਦੀ। ਠੀਕ ਹੈ, ਓਕੇ, ਤੇ 50 ਲੀਟਰ ਦੁੱਧ ਮੰਨ ਕੇ ਬੰਦਾ ਇਹਨੂੰ ਪਰਚੇਸ ਕਰ ਸਕਦਾ। ਗਰੰਟੀ ਆ 50 ਲੀਟਰ ਇਹਨੇ ਨਹੀਂ ਦੇਣਾ ਭਾਜੀ, ਦੇਣਾਗੇ ਨੇ। ਮਿਲਕ ਵੇਨ ਬਹੁਤ ਆ ਵੱਡੀ, ਨਾੜਾ ਨੂੜਾ ਲੇਵੇ ਤੇ ਬਹੁਤ ਆ। ਠੀਕ ਹੈ, ਸੋ ਥਣ ਵਗੈਰਾ ਇੱਕ ਆਪਾਂ ਨੇੜ ਤੋਂ ਫੇਰ ਦਿਖਾ ਦਿੰਦੇ ਆ, ਤੇ ਬਾਕੀ ਥਣਾਂ ਦੀ ਵਿੱਥੀ ਦੇਖੋ ਜਮਾ, ਗੱਠ ਗੱਠ ਦੀ ਵਿੱਥੀ ਆ, ਮਿਲਕ ਵੇਨ ਵਗੈਰਾ ਦੇਖੋ, ਮਸ਼ੀਨ ਨਾਲ ਵੀ ਚੋ ਸਕਦੇ, ਹੱਥ ਨਾਲ ਵੀ ਚੋ ਸਕਦੇ, ਜਿੱਦਾਂ ਅਗਲੇ ਨੂੰ। ਠੀਕ ਹੈ, ਪੂਰੀ ਨਾਰਮਲ ਸਕਿਨ ਦੇ ਵਿੱਚ, ਇਹ ਨਹੀਂ ਗੱਲ ਵੀ ਮੋਟਾ ਬਣੇ ਦੇ ਉੱਪਰ, ਹਨਾ? ਹਾਂਜੀ ਭਾਜੀ, ਪਤਲੀ ਚਮੜੀ ਦੀ ਆ ਵੈੜ। ਠੀਕ ਹੈ, ਸਾਫ ਸੁਥਰੀ ਵੈੜ, ਦੂਸਰਾ ਸੂਆ ਮੂੰਹ ਚੌਗੀ, ਤੇ ਅੱਗੇ ਦੂਜੇ ਨੰਬਰ ਜਿਹੜੀ ਗੱਬਣ ਵੱਛੀ ਦੇਖੀ ਨੇ ਭਾਈ, ਭਾਜੀ ਇਹ ਡੈਨਮਾਰਕ ਦੀ ਆ। ਠੀਕ ਹੈ ਜੀ, ਹਾਂਜੀ,
33 ਕਿਲੋ ਦੁੱਧ ਦਿੱਤਾ ਵੈਣ ਨੇ ਪਹਿਲੇ ਸੂਏ, ਪਹਿਲੇ ਸੂਏ 33 ਸਿੱਗੀ ਆ ਓਰਿਜਨਲ ਸਿੱਗੀ, ਠੀਕ ਹੈ। ਦੂਸਰਾ ਚੈੱਕ ਤੇ ਕਰਦੀ ਆ ਤੁਸੀਂ ਸਿੱਗੀ ਲਾ ਲਓ, ਠੀਕ ਹੈ। ਤੇ ਹਾਈਟ ਹੂਈਟ ਦੇਖ ਲਓ, ਉਹਦੀ ਵੀ ਬੜੀ ਹਾਈਟ ਆ, ਇਹ ਨੀਵੇਂ ਥਾਂ ਵੱਧੀਆਂ ਹੋਈਆਂ ਤਾਂ ਦੇਖ ਲਓ ਮੇਰੇ ਮੇਰੇ ਮੇਚ ਦੀ ਆ, ਠੀਕ ਹੈ। ਇਹਦਾ ਟਾਈਮ ਕਿੰਨਾ ਕੁ ਬਾਕੀ ਪਿਆ? ਇਹ ਭਾਈ ਗੁੰਮੂ ਤਾਂ ਹੁੰਦੀ ਹਜੇ ਘੱਟੋ ਘੱਟ 18 ਦਿਨ ਲੈ ਜੂਗੀ, 20 ਦਿਨ ਬਾਕੀ ਪਿਆ ਸੂਟ। ਅਗਾੜੀ ਦੇਖ ਲਓ ਵੈਟ ਦੀ, ਬਾਕੀ ਢਿੱਲਾ ਢੁੱਲਾ ਬਹੁਤ ਪਈਆਂ ਵਾ, ਉੱਪਰੋਂ ਤੋਂ ਜਾਣਦੀ ਹੈ ਸੂਟ ਤੋਂ ਦੇਖ ਲਓ, ਠੀਕ ਹੈ। ਤੇ ਬਹੁਤ ਦੁੱਧ ਦਊਗੀ, ਬੋਦੀ ਬੂਦੀ ਬਹੁਤ ਆ, ਬਹੁਤ ਚੰਗੀ ਆ ਫਾਰਮ ਦੀ ਵੈਣ ਆ ਵੀ। ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਇਸ ਵਾਰੇ ਦਾ? 35 ਪਲੱਸ ਤਾਂ ਦਊਗੀ, ਠੀਕ ਹੈ। ਇਹਦਾ ਰੇਂਜ ਇਹ ਵੀ ਫੋਨ ਤੇ ਕਰਾਂਗੇ ਧੋਰੀ ਭਰਾ ਵਾਰ ਨੇ। ਸੋ ਦੂਜਾ ਨੰਬਰ ਜਿਹੜੀ ਵੱਛੀ ਦੇਖੀ ਜਾਂਦੇ ਆ, ਦੂਸਰਾ ਸੂਆ ਮੋਹਰ ਛਿੱਗੀ ਆ, ਸੂਣ ਦੇ ਵਿੱਚ 20 ਤੋਂ 22 ਦਿਨ ਪੈਂਡਿੰਗ ਪਏ ਆ, 30 ਤੋਂ ਪਲੱਸ 32-33 ਦੁੱਧ ਇਹਨੇ ਪਲੂਣ ਦਾ ਦਿੱਤਾ ਵਾ, 35 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹੋ। ਕੱਚੀ ਆ 20 ਦਿਨ ਦੀ, ਅਜੇ ਵਪਾਰ ਲੈਣ ਦੀ ਖਾਤਰ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ। ਇਹ ਦੱਸੀ ਆਪਾਂ ਡੈਨਮਾਰਕ ਦੇ, ਹਾਂਜੀ ਉਹ ਕਹਿੰਦਾ ਵੱਛੀ ਵਾਲਾ ਲੱਗਾ ਪਰ ਆਪਾਂ ਯਕੀਨ ਨਹੀਂ ਕਰਦੇ ਕਿਸੇ ਦੇ, ਠੀਕ ਹੈ। ਉਹ ਕਹਿੰਦਾ ਸੈਕਸਲ ਲੱਗਾ ਪਰ ਆਪਾਂ ਨਹੀਂ ਯਕੀਨ, ਆਪਾਂ ਕਿਸੇ ਨੂੰ ਸੈਕਸਲ ਕਹਿ ਕੇ ਨਹੀਂ ਦੇਣੀ, ਠੀਕ ਹੈ। ਫਿਰ ਭਰਾ ਨੇ ਦੱਸਿਆ ਕਿ ਅੱਗੇ ਵੀ ਇਹਦੇ ਸੈਕਸਲ ਸੀਮ ਲੱਗਿਆ ਹੋਇਆ ਤੇ ਬਾਕੀ ਆਪਣੀ ਕਿਸਮਤ ਤੇ ਡਿਪੈਂਡ ਆ। ਦੂਸ ਦੇਖ ਲਓ ਬੈਠ ਦੀ ਬਹੁਤ ਚੰਗੀ ਆ। ਸੋ ਸਾਈਜ਼ ਵਗੈਰਾ ਦੇਖੋ, ਫੁੱਲ ਸਾਈਜ਼ ਦੇ ਵਿੱਚ ਬੱਚੀ ਆ, ਹੌਣ ਤੇ ਕੋਈ ਨਿਸ਼ਾਨ ਨਹੀਂ ਗਾ, ਇਹਦਾ ਰਸੇ ਦਾ ਦੇਖ ਲਓ ਖੁੱਲੀ ਆਈ ਆ, ਠੀਕ ਹੈ। ਫਾਰਮ ਦੇ ਵਿੱਚੋਂ ਪਰਚੇਸ ਕਰੀ ਆ ਨਾ ਆਪਾਂ, ਉਹ ਵੀ ਖੁੱਲੀ ਆਈ ਆ, ਠੀਕ ਹੈ ਠੀਕ ਹੈ। ਸੋ 35-36 ਲੀਟਰ ਦੁੱਧ ਇਹਨੇ ਵੀ ਆਰਾਮ ਨਾਲ ਦੇ ਦੇਣਾ, 20 ਦਿਨ ਬਾਕੀ ਪਿਆ ਸੂਣ ਦੇ ਵਿੱਚ। ਸੋ ਦੂਜੇ ਨੰਬਰ ਤੇ ਗੱਬਣ, ਪਹਿਲੇ ਨੰਬਰ ਤੇ ਦੂਸਰਾ ਸੂਆ ਬੈਠ ਸੂਈ ਆ, ਬਹੁਤ ਜ਼ਿਆਦਾ ਬਿਊਟੀ ਆ ਤੇ ਚੰਗੇ ਪਲੱਸ ਮਿਲਕ ਰਿਕਾਰਡ ਵਾਲੀ ਆ, ਦੋਨੇ ਗੱਲਾਂ 'ਚ ਕੰਪੇਅਰ ਆ ਗਈਆਂ। ਸੋ ਪਿੰਡ ਪੜਾਲ ਦੋਨਾ ਜ਼ਿਲ੍ਹਾ ਕਪੂਰਥਲਾ ਪੈ ਜਾਂਦਾ ਵੀਰ ਦਾ, ਵਪਾਰ ਦਾ ਕੰਮ ਆ, ਜਦ ਮਰਜ਼ੀ ਪਹੁੰਚੋ ਅਸੀਂ ਵੀਰ ਕੋਲ ਇੱਕ ਦੋ ਨਗ ਸੇਲ ਲਈ ਹੁੰਦੇ ਆ। ਸੋ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲ ਜਾਏ ਕਿਸੇ ਨਵੀਂ ਹੋਰ